ਤਾਂ ਉਹਨੇ ਆਪਣੀ ਗਲਤੀ ਕਰਕੇ ਪਰਮੇਸ਼ਵਰ ਦੀ ਆਤਮਾ ਖੋਲ੍ਹੀ। ਲੋਕਾਂ ਨੇ ਉਹਨੇ ਦੀ ਪਲਸਤੀਆਂ ਨੇ ਉਹਦੀਆਂ ਅੱਖਾਂ ਕੱਢ ਦਿੱਤੀਆਂ ਔਰ ਉਹਨੂੰ ਤਮਾਸ਼ਾ ਬਣਾ ਕੇ ਸਾਰਿਆਂ ਦੇ ਸਾਹਮਣੇ ਨੱਚਣ ਡਾ ਪਿਆ। ਉਹ ਭੈਣ ਔਰ ਪ੍ਰਭੂ, ਤੁਹਾਡਾ ਵੀ ਤਮਾਸ਼ਾ ਨਾ ਬਣ ਜੇ ਕਿਤੇ ਤੁਸੀਂ ਵੀ ਕਿਸੇ ਦੇ ਸਾਹਮਣੇ ਨੱਚਣ ਦਾ ਉਹੋ ਜਿਹਾ ਕੋਈ ਟਾਈਮ ਨਾ ਆ ਜਾਏ। ਤਾਂ ਕਰਕੇ ਪਰਮੇਸ਼ਵਰਾਂ ਨੂੰ ਇਸ ਵਚਨ ਦੇ ਨਾਲ ਗੱਲ ਕਰਨ ਡਿਆ ਹੋਵੇਗਾ। ਫਿਰ ਸੈਮਸਨ ਨੇ ਸੋਚਿਆ, ਹੁਣ ਮੈਂ ਕੁਛ ਵੀ ਨਹੀਂ ਕਰ ਸਕਦਾ, ਪਰਮੇਸ਼ਵਰ ਦੀ ਆਤਮਾ ਤਾਂ ਮੇਰੇ ਨਾਲ ਹੀ ਨਹੀਂ ਆ, ਹੁਣ ਮੈਂ ਇਹਨਾਂ ਨੂੰ ਨਹੀਂ ਮਾਰ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਫਿਰ ਜਿਹੜੀ ਉਹ ਬਿਲਡਿੰਗ ਵਿੱਚ ਖਲੋਤਾ ਹੈਗਾ, ਜਿਹੜੀ ਬਿਲਡਿੰਗ ਦੇ ਵਿੱਚ ਉਹ ਨੱਚਣ ਡਿਆ ਹੈਗਾ, ਜਿਹੜੀ ਬਿਲਡਿੰਗ ਦੇ ਵਿੱਚ ਲੋਕ ਆ ਕੇ ਉਹਨੂੰ ਵਹਿੰਦੇ ਸੀਗੇ, ਉਹ 3000 ਤੋਂ ਵੀ ਕਈ ਉੱਤੇ ਸੀਗੇ, ਸਾਰੇ ਲੋਕ ਉਹਦੇ ਉੱਤੇ ਹੱਸਣ ਡਏ ਸੀਗੇ। ਇੰਨੇ ਲੋਕਾਂ ਨੂੰ ਮਾਰਨ ਵਾਲਾ, ਸਾਨੂੰ ਮਾਰਨ ਵਾਲਾ ਅੱਜ ਸਾਡੇ ਸਾਹਮਣੇ ਤਮਾਸ਼ਾ ਬਣ ਕੇ ਬੈਠਾ ਵਾਲਾ। ਪਰਮੇਸ਼ਵਰ ਦੀ ਨਿੰਦਾ ਕਰ ਦਿੱਤੀ ਸੈਮਸਨ ਆਪਣੇ ਜੀਵਨ ਦੇ ਨਾਲ, ਪਰਮੇਸ਼ਵਰ ਦੀ ਆਤਮਾ ਨੂੰ ਛੱਡ ਕੇ ਚਲ ਗਈ ਔਰ ਸਾਰਿਆਂ ਦੇ ਸਾਹਮਣੇ ਹਾਸੀ ਮਜ਼ਾਕ ਬਣ ਕੇ ਰਹਿ ਗਿਆ। ਫਿਰ ਉਹਨੇ ਸੈਮਸਨ ਨੇ ਜਿਹੜੇ ਦੋ ਪਿੱਲਰ ਸੀਗੇ, ਜਿਹੜੇ ਉਹ ਬਿਲਡਿੰਗ ਦੇ, ਜਿਹੜੀ ਉਹ ਘਰ ਵਿੱਚ ਜਿਹੜੇ ਪਿੱਲਰ ਦੇ ਉਹ ਘਰ ਰੁਕਿਆ ਸੀ, ਉਹਨੇ ਇੱਕ ਇੱਥੋਂ ਹੱਥ ਫੜਿਆ, ਇੱਕ ਇੱਥੋਂ ਹੱਥ ਲਾਇਆ ਉਹ ਪਿੱਲਰਾਂ ਨੂੰ ਔਰ ਐਂ ਕਰਕੇ ਟਿਕ ਗਿਆ। ਆਪਣਾ ਸਰ ਉਹਨੇ ਥੱਲੇ ਚੁਕਾਇਆ, ਆਪਣਾ ਸਰ ਉਹਨੇ ਨੀਵਾਂ ਕੀਤਾ ਔਰ ਪ੍ਰਾਰਥਨਾ ਕਰਨ ਡੈ ਪਿਆ। ਓ ਪਰਮੇਸ਼ਵਰ, ਇੱਕ ਵਾਰੀ ਮੈਨੂੰ ਮਾਫ਼ ਕਰ ਦੇ, ਮੇਰੇ ਕੋਲ ਗਲਤੀ ਹੋ ਗਈ। ਜਿਹੜੀ ਤੂੰ ਮੈਨੂੰ ਸ਼ਕਤੀ ਦਿੱਤੀ ਸੀ, ਜਿਹੜਾ ਤੂੰ ਮੈਨੂੰ ਬਲ ਦਿੱਤਾ ਸੀ, ਜਿਹੜੀ ਆਤਮਾ ਤੂੰ ਮੈਨੂੰ ਦਿੱਤੀ ਸੀਗੀ, ਮੈਂ ਉਹਦਾ ਗਲਤ ਫਾਇਦਾ ਚੁੱਕਿਆ, ਮੈਂ ਉਹ ਗਲਤ ਕਦਮ ਵਿੱਚ ਚਲ ਗਿਆ, ਮੈਂ ਵਿਚਾਰ ਕਰਨ ਡੈ ਪਿਆ, ਮੈਂ ਕੁੜੀਆਂ ਕੋਲ ਜਾਣ ਡੈ ਪਿਆ, ਮੈਂ ਪੀਣ ਡੈ ਪਿਆ, ਮੈਂ ਸਾਰੇ ਗਲਤ ਕੰਮ ਕਰ ਲਏ। ਪਰਮੇਸ਼ਵਰ, ਜੇ ਤੂੰ ਮੈਨੂੰ ਚੁਣਿਆ ਹੈਗਾ ਮੇਰੇ ਲੋਕਾਂ ਦੇ ਕੰਮ ਕਰਨ ਵਾਸਤੇ, ਮੇਰਾ ਕੰਮ ਕਰਨ ਵਾਸਤੇ, ਸੁਸਮਾਚਾਰ ਸੁਣਾਉਣ ਵਾਸਤੇ, ਮੇਰੇ ਲੋਕਾਂ ਦੀ ਮਦਦ ਕਰਨ ਵਾਸਤੇ, ਪਰ ਮੈਂ ਮੇਰੇ ਜਿਹੜਾ ਸ਼ਕਤੀ ਸੀ ਉਹਦਾ ਮੈਂ ਗਲਤ ਫਾਇਦਾ ਉਠਾਇਆ। ਮੈਨੂੰ ਮਾਫ਼ ਕਰ ਦੇ ਪਰਮੇਸ਼ਵਰ, ਇੱਕ ਵਾਰੀ ਮੈਨੂੰ ਮਾਫ਼ ਕਰ ਦੇ। ਜਦੋਂ ਇਹ ਪ੍ਰਾਰਥਨਾ ਸੈਮਸਨ ਉੱਥੇ ਕਰਨ ਡਿਆ ਸੀ, ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ, ਫਿਰ ਤੋਂ ਉਹਨੂੰ ਪਵਿੱਤਰ ਆਤਮਾ ਨਾਲ ਭਰਿਆ। ਸੈਮਸਨ ਆਂਦਾ, ਹੁਣ ਮੈਂ ਜੀਵਾਂ ਜਾਂ ਮਰਾਂ, ਇਹ ਤੋਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਆ। ਪਰਮੇਸ਼ਵਰ, ਇੱਕ ਵਾਰੀ ਮੈਨੂੰ ਮਾਫ਼ ਕਰਕੇ ਫਿਰ ਤੋਂ ਮੇਰੇ ਅੰਦਰ ਇੱਕ ਬਲ ਦੇ, ਫਿਰ ਤੋਂ ਮੈਨੂੰ ਸ਼ਕਤੀ ਦੇ, ਫਿਰ ਤੋਂ ਮੈਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰ ਲਿਆ। ਜੇ ਅੱਜ ਮੈਂ ਪਲਸਤੀਆਂ ਦੇ ਨਾਲ ਮਰ ਗਿਆ ਤਾਂ ਮਰ ਗਿਆ, ਪਰ ਮੈਂ ਸਾਰੇ ਪਲਸਤੀਆਂ ਨੂੰ ਅੱਜ ਮਾਰ ਕੇ ਹੀ ਮਰੂੰਗਾ। ਉਹਨੇ ਇਉਂ ਕਰਕੇ ਦੋ ਪਿੱਲਰਾਂ ਦੇ ਉੱਤੇ ਹੱਥ ਰਾਇਆ ਔਰ ਜ਼ੋਰ ਲਾਇਆ, ਲੋਕ ਹੱਸਣ ਡਾ ਪੇ, ਅਰੇ ਇਹ ਕੀ ਕਰਨ ਡਿਆ ਵਾ, ਇਹ ਤਾਂ ਹੁਣ ਨੋਰਮਲ ਇਨਸਾਨ ਬਣ ਗਿਆ ਵਾ, ਇਹਦੇ ਕੋਈ ਸ਼ਕਤੀ ਨਹੀਂ ਆ, ਇਹਦੇ ਵਾਲ ਤਾਂ ਇਹ ਕੱਟ ਦਿੱਤੇ ਆ, ਇਹਨੂੰ ਤਾਂ ਇਹ ਗੰਜਾ ਕਰ ਦਿੱਤਾ ਵਗਾ। ਲੋਕ ਹੱਸਣ ਡਾ ਪੇ, ਉਹ ਹੋਰ ਜ਼ੋਰ ਲਾਉਣ ਡਿਆ ਪਿਆ ਉਹ ਪਿੱਲਰਾਂ ਨੂੰ, ਲੋਕ ਹੋਰ ਹੱਸਣ ਡਾ ਪੇ। ਉਹਨੇ ਆਖਿਆ, ਪਰਮੇਸ਼ਵਰ ਮੈਨੂੰ ਇੱਕ ਵਾਰੀ ਮਾਫ਼ ਕਰਕੇ, ਇੱਕ ਵਾਰੀ ਆਪਣੀ ਆਤਮਾ ਫਿਰ ਤੋਂ ਮੈਨੂੰ ਦੇ ਦੇ। ਜਦੋਂ ਉਹਨੇ ਇਹ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਉਹਦੀ ਇਸ ਪ੍ਰਾਰਥਨਾ ਨੂੰ ਸੁਣਿਆ ਔਰ ਜਦੋਂ ਉਹਨੇ ਉਹ ਪਿੱਲਰਾਂ ਨੂੰ ਧੱਕਾ ਲਾਇਆ ਤਾਂ ਪਿੱਲਰ ਜਿਹੜੇ ਟੁੱਟ ਗਏ, ਉਹ ਸਾਰੀ ਜਿਹੜੀ ਬਿਲਡਿੰਗ ਸੀ 3 ਫਲੋਰ ਦੀ, ਉਹ ਸਾਰੀ ਦੀ ਸਾਰੀ ਟੁੱਟ ਗਈ। ਜਿਹੜੇ ਵੀ ਉਹਦੇ ਵਿੱਚ ਸੈਮਸਨ ਦਾ ਤਮਾਸ਼ਾ ਵੇਖਣ ਆਏ ਸੀਗੇ, ਜਿਹੜੇ ਸੈਮਸਨ ਨੂੰ ਵੇਖਣ ਆਏ ਸੀਗੇ ਪਲਸਤੀ, ਉਹ ਸਾਰੇ ਕੇ ਸਾਰੇ ਇੱਕੋ ਦਿਨ ਵਿੱਚ ਮਰ ਗਏ। ਉਹ 3000 ਤੋਂ ਵੀ ਉੱਤੇ ਸੀਗੇ। ਵਚਨ ਕਹਿੰਦਾ ਵਾ, ਜਦੋਂ ਉਹ ਜਿੰਦਾ ਸੀ, ਉਦੋਂ ਜਿੰਨੇ ਲੋਕਾਂ ਨੂੰ ਉਹਨੇ ਮਾਰਿਆ ਸੀਗਾ, ਜਦੋਂ ਉਹ ਮਰਨ ਲੱਗਾ ਸੀਗਾ, ਉਹਨੇ ਪਲਸਤੀਆਂ ਨੂੰ ਹੋਰ ਵੀ ਡਬਲ ਕਰਕੇ ਮਾਰ ਦਿੱਤਾ। ਆਪਣੇ ਜੀਵਨ ਦੇ ਦਿਨਾਂ ਵਿੱਚ ਉਹਨੇ ਪਰਮੇਸ਼ਵਰ ਦੀ ਆਖਰੀ ਦਿਨ ਵਿੱਚ ਪਰਮੇਸ਼ਵਰ ਕੋਲ ਆ ਕੇ ਉਹਨੇ ਮਾਫ਼ੀ ਮੰਗੀ। ਪਰਮੇਸ਼ਵਰ ਨੇ ਉਹਦੀ ਸਹਾਇਤਾ ਕੀਤੀ, ਉਹਦੀ ਪ੍ਰਾਰਥਨਾ ਸੁਣੀ। ਉਸੇ ਦਿਨ ਉਹ ਜਿਸ ਦਿਨ ਪਲਸਤੀਆਂ ਨੂੰ ਉਹਨੇ ਮਾਰ ਦਿੱਤਾ, ਉਸੇ ਦਿਨ ਉਹ ਵੀ ਉਹ ਬਿਲਡਿੰਗ ਵਿੱਚ ਮਰ ਗਿਆ ਸੈਮਸਨ। ਪਰਮੇਸ਼ਵਰ ਸਾਡੇ ਨਾਲ ਬਹੁਤ ਪਿਆਰ ਕਰਦਾ ਵਾ। ਪਰਮੇਸ਼ਵਰ ਸਾਨੂੰ ਇਕੱਲਾ ਕਦੀ ਨਾ ਛੱਡੂਗਾ। ਜਦੋਂ ਇਹ ਗਲਤ ਰਾਸਤੇ ਵਿੱਚ ਚੱਲ ਜਾਂਦੇ ਹਾਂ, ਉਦੋਂ ਹੀ ਪਰਮੇਸ਼ਵਰ ਸਾਡੇ ਤੋਂ ਦੂਰ ਹੋ ਜਾਂਦਾ ਵਾ, ਉਦੋਂ ਹੀ ਲੋਕਾਂ ਦੇ ਹੱਥ ਵਿੱਚ ਸਾਨੂੰ ਕਰ ਦਿੰਦਾ ਵਾਗਾ, ਜਿਹੜੇ ਅਨਿਜਾਤੀ ਦੇ ਹੈਗੇ। ਜੇ ਤੁਸੀਂ ਚਾਹੁੰਦੇ ਹੈਗੇ ਕਿ ਕੋਈ ਸਾਡੇ 'ਤੇ ਰਾਜ ਨਾ ਕਰੇ, ਸਿਰਫ ਪਰਮੇਸ਼ਵਰ ਹੀ ਸਾਡੇ 'ਤੇ ਰਾਜ ਕਰੇ, ਤੁਸੀਂ ਜੋ ਚਾਹੁੰਦੇ ਆ ਕਿ ਪਰਮੇਸ਼ਵਰ ਆਤਮਾ ਮੇਰੀ ਹਮੇਸ਼ਾ ਮੇਰੇ ਨਾਲ ਰਹੇ, ਤਾਂ ਅੱਜ ਪਰਮੇਸ਼ਵਰਾਂ ਨੂੰ ਇਸ ਵਚਨ ਦੇ ਨਾਲ ਸਾਨੂੰ ਬੁਲਾਉਣ ਡਿਆ ਵਾ ਕਿ ਇੱਕ ਵਾਰੀ ਮੇਰੇ ਕੋਲ ਵਾਪਸ ਆ ਜਾਓ, ਇੱਕ ਵਾਰੀ ਮੇਰੇ ਕੋਲ ਆ ਕੇ ਪ੍ਰਾਰਥਨਾ ਕਰੋ, ਇੱਕ ਵਾਰੀ ਆ ਕੇ ਮੈਨੂੰ ਕਹੋ ਕਿ ਮੈਨੂੰ ਮਾਫ਼ ਕਰ ਦਿਓ, ਇੱਕ ਵਾਰੀ ਪਰਮੇਸ਼ਵਰ ਦੇ ਨਾਲ
प्रार्थना करोगे तो तुम्हें परमेश्वर की आत्मा फिर तो ताडे विच लौट के आ जाओगे और तुम शक्ति और बल दे नाल भर दोगी। सैमसन ने जो आखिरी प्रार्थना की उन्हें यह प्रार्थना नहीं की कि एक बार फिर तो परमेश्वर मैनू बचा ला इतों, मैनू छड़ दे इतों, मैं फिर तो तेरे वास्ते चंगी तरह जीऊँगा। उन्हें जी यहो जी स्वार्थ वाली प्रार्थना नहीं की, स्वाद वाली प्रार्थना नहीं की कि अपने वास्ते उन्हें प्रार्थना नहीं की, उन्हें यह प्रार्थना की कि एक बार मैं माफ कर दे, एक बार मैं माफ कर देगा, या मैं मर गया तो मर गया पर पलस्तियां नू भी सारियां नू मैं लैके ही मरूंगा। हे भैणो प्रभु, परमेश्वर का वचन उत्थे जाके पूरा हुंदा वा, जिहड़ा तेरा अध्याय एक विच लिखिया वा कि जो यहोवा जो इजराइलिया ने पाप किया तो परमेश्वर ने उन्होंने 40 साल तक उन्होंने पलस्तियां के हाथ विच कर दिता। तो जो सैमसन जो मरिया हैगा उदो 40 साल जेड़े ही पूरे हो गए, उन्हें सारे पलस्तियां नू मार दिता हैगा और सारे इजराइलिया नू बचा लिता हैगा। कोई भी इजराइलिया दे उत्ते हुण राज करन वाला ही नहीं बचिया।